ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਅੱਜ ਆਪਾਂ ਚੱਲੇ ਹਾਂ ਵਰਕਆਊਟ ਕਰਨ, ਅਤੇ ਲੈਗ ਦਾ ਵਰਕਆਊਟ ਆ। ਅਤੇ ਤੁਹਾਨੂੰ ਅੱਜ ਦੱਸਾਂਗੇ, ਸਭ ਤੋਂ ਪਹਿਲਾਂ ਆਪਣਾ ਰੂਟੀਨ, ਇਸ਼ਨਾਨ ਪਾਣ ਕਰਕੇ ਆਪਾਂ ਕੇਸਕੀ ਚੜ੍ਹਾ ਲਈ ਆ ਜੀ। ਕੇਸਕੀ ਬਹੁਤੇ ਵੀਰ ਪੁੱਛਦੇ ਨੇ ਤੁਹਾਡੀ ਕਿੰਨੇ ਮੀਟਰ ਦੀ ਹੁੰਦੀ ਆ, ਇਹ ਆ ਜੀ 2.5 ਮੀਟਰ ਦੀ। ਆਹ ਆਪਣਾ ਦਮਾਲਾ ਸਾਹਿਬ ਆ, ਇਹ 6.25 ਮੀਟਰ ਦਾ, ਅਤੇ F74 ਕੱਪੜਾ ਹੈ ਜੀ, ਠੀਕ ਹੈ ਜੀ। ਹੁਣ ਬਹੁਤੇ ਵੀਰ ਇਹ ਵੀ ਕਹਿੰਦੇ ਸੀ ਤੁਸੀਂ ਦਮਾਲਾ ਜਦੋਂ ਚੜ੍ਹਾਓਗੇ ਤਾਂ ਸਾਨੂੰ ਵੀਡੀਓ ਪਾਇਓ, ਤੁਹਾਡਾ ਦਮਾਲਾ ਸਾਹਿਬ ਬਹੁਤ ਵਧੀਆ ਹੁੰਦਾ। ਗੱਲ ਇਹ ਵੀ ਜਗ੍ਹਾ ਨਹੀਂ ਹੁੰਦੀ ਅਤੇ ਬੜੀ ਤੰਗੀ ਆ। ਚਲੋ, ਜਿੱਦਾਂ ਦੀ ਵੀ ਹੁਣ ਹੋ ਰਹੀ ਆ, ਮਾਰੇ ਕਿਰਪਾ ਕਰਨ, ਅਤੇ ਜਦੋਂ ਵੀ ਤੁਸੀਂ ਦਮਾਲਾ ਚੜ੍ਹਾਉਂਦੇ ਮਾਰੇ ਘੜੀ ਅਰਦਾਸ ਬੇਨਤੀ ਕਰਕੇ, ਜਿੱਦਾਂ ਮੈਂ ਕਰਦਾ, ਮੈਂ ਤਾਂ ਇੱਦਾਂ ਹੀ ਕਰਦਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਰੱਖਿਓ, ਅਤੇ ਆਪ ਜੀ ਦਮਾਲੇ ਸਾਹਿਬ ਦੇ ਸਲੋਕ ਪੜ੍ਹ ਸਕਦੇ ਜੀ। ਹੁਣ ਦੇਖੋ, ਥੋੜ੍ਹਾ ਜਿਹਾ ਮੈਂ ਕੱਪੜਾ ਵੱਡਾ ਰੱਖਦਾ ਹਾਂ ਕਿਉਂਕਿ ਮੇਰਾ ਦਮਾਲਾ ਥੋੜ੍ਹਾ ਵੱਡਾ, ਇੱਥੋਂ ਮੈਂ ਥੋੜ੍ਹਾ ਜ਼ਿਆਦਾ ਰੱਖ ਲਿਆ। ਹੁਣ ਮੈਂ ਇੱਥੋਂ ਇਹਨੂੰ ਇੱਦਾਂ ਲੈ ਆਉਂਦਾ, ਇੱਥੇ ਇਹਨੂੰ ਬੰਨ੍ਹ ਕੇ ਆਹ ਚੀਜ਼ ਕਰ ਲਈ ਦੀ, ਠੀਕ ਹੈ ਜੀ। ਆਹ ਚੀਜ਼ ਹੋ ਗਈ, ਮਾੜਾ ਤੁਸੀਂ ਇੱਥੋਂ ਇਹਨੂੰ ਸੈੱਟ ਕਰਕੇ ਚੱਲ ਮੇਰੇ ਭਾਈ। ਆਹ ਆਪਣਾ ਜਿਹੜਾ ਸਿਰ ਆ ਉਹ ਢੱਕਿਆ ਗਿਆ, ਠੀਕ ਹੈ। ਵੈਸੇ ਤਾਂ ਜੋ ਮਰਿਆਦਾ ਹੈ ਨਿੰਗਾ ਸਿੰਘਾਂ ਦੀ ਉਹ ਇਹ ਹੁੰਦੀ ਆ ਵੀ ਆਪ ਜੀ ਬਹਿ ਕੇ ਦਮਾਲਾ ਚੜ੍ਹਾਓ, ਅਤੇ ਆਪਣੇ ਚੌਂਗੜਾ ਮਾਰ ਕੇ ਅੱਗੇ ਕੱਪੜਾ ਰੱਖ ਕੇ ਟੱਕ ਕੇ ਲੱਤਾਂ, ਅਤੇ ਫਿਰ ਤੁਸੀਂ ਆਪਣਾ ਦਮਾਲਾ ਸਾਹਿਬ ਚੜ੍ਹਾਉਂਦੇ ਨੇ। ਪਰ ਚਲੋ, ਸਮੇਂ ਦਾ ਇੱਦਾਂ ਦਾ ਹੀ ਗੇੜ ਆ ਥੋੜ੍ਹਾ ਜਿਹਾ, ਹੁਣ ਮਹਾਰਾਜ ਕਿਰਪਾ ਕਰਨ। ਪਰ ਜੋ ਪ੍ਰੋਪਰ ਆ ਤੁਹਾਨੂੰ ਦੱਸਤੀ ਆ, ਅਤੇ ਫਿਰ ਮੈਂ ਪਹਿਲਾ ਲੜ ਜਿਹੜਾ ਆਪਣਾ ਇੱਥੋਂ ਲਿਆਉਂਦਾ ਭਰਵੱਟੀ ਦੇ ਲਾਗੋਂ, ਅਤੇ ਪੂਰਾ ਇੱਥੇ ਲੈ ਜਾਂਦਾ ਮੈਂ ਉੱਤੇ, ਠੀਕ ਹੈ ਜੀ। ਆਹ ਹੋ ਗਿਆ ਆਪਣਾ ਪਹਿਲਾ ਲੜ, ਅਤੇ ਦੂਜਾ ਹੁਣ ਆਪਾਂ ਇੱਥੋਂ ਦਮਾਲਾ ਥੋੜ੍ਹਾ ਸਾਫ਼ ਕਰਕੇ, ਦਮਾਲਾ ਆਪਾਂ ਪਹਿਲਾਂ ਚਿਣ ਲਿਆ ਸੀ, ਇਹਨੂੰ ਪੱਗ ਕੋ ਇੱਦਾਂ ਫੜ ਕੇ ਲਾਹ ਨਹੀਂ ਦੇਈਦਾ, ਚਿਣ ਕੇ ਹੀ ਇਹਨੂੰ ਬੰਨੀਦਾ ਹੈ, ਅਤੇ ਇਕੱਲਾ ਇਕੱਲਾ ਲੜ ਕਰਕੇ ਇਹਦਾ ਵਧਾਈਦਾ। ਹੁਣ ਦੂਜਾ ਲੜ ਜਿਹੜਾ ਮੇਰਾ ਇੱਥੋਂ ਉਹ ਪੂਰਾ ਇੱਥੋਂ ਉੱਤੋਂ ਆਊਗਾ, ਠੀਕ ਹੈ ਜੀ। ਅਤੇ ਆਹ ਉਹ ਆ ਹੁਣ ਆਹ ਵਾਲੇ ਭਰਵੱਟੇ ਦੇ ਜਮ੍ਹਾਂ ਨਾਲ ਹੀ ਹੁਣ ਆਹ ਜਿਹੜਾ ਕ੍ਰਿਸ ਕ੍ਰੋਸ ਜਿਹੜਾ ਹੁੰਦਾ ਉਹ ਬਣ ਗਿਆ, ਹੈ ਨਾ, ਇੱਕ ਇੱਧਰੋਂ ਇੱਕ ਇੱਧਰੋਂ ਚੰਦ ਹੁਣ ਇੱਥੋਂ ਬਣੇਗਾ, ਉਹ ਦੇਖੀ ਜਾਓ ਤੁਸੀਂ। ਹੁਣ ਇਹਨੂੰ ਦਮਾਲੀ ਨੂੰ ਆਪਾਂ ਲੈ ਜਾਵਾਂਗੇ ਲੜ ਨੂੰ, ਆਹ ਪੂਰਾ ਇੱਥੇ ਉੱਤੇ ਉੱਤੋਂ ਆ ਕੇ ਫਿਰ ਆਪਾਂ ਆਪਣੇ ਮੱਥੇ ਤੋਂ ਇੱਦਾਂ ਆ ਚੀਜ਼ ਹੋ ਗਈ, ਠੀਕ ਹੈ ਜੀ। ਹੁਣ ਆਪੇ ਜਿਹੜਾ ਮੇਰਾ ਦੂਜਾ ਲੜ ਮੈਂ ਪੂਰਾ ਉੱਤੋਂ ਦੀ ਲਾਉਂਦਾ ਹੁੰਦਾ ਵਾ, ਦੇਖ ਲਓ ਤੁਸੀਂ। ਅਤੇ ਕਿਸੇ ਦਿਨ ਕੋਈ ਗੁਰੂ ਦਾ ਪਿਆਰਾ ਹੋਇਆ ਲਾਗੇ ਕੋਈ ਮਿਲਿਆ ਤਾਂ ਬਾਹਰ ਨਾ ਖੁੱਲ੍ਹੇ 'ਚ ਵੀਡੀਓ ਬਣਾਵਾਂਗੇ, ਹੋਰ ਵਧੀਆ ਬਣਾਉਂਗੇ। ਆਹ ਲੜ ਮੈਂ ਜਮ੍ਹਾਂ ਉੱਤੇ ਲੈ ਜਾਂਦਾ ਆਪਣੇ ਸਿਰ ਦੇ, ਅਤੇ ਆਹ ਲੜ ਦੇ ਜਮ੍ਹਾਂ ਨਾਲ ਕਰਕੇ ਮੈਂ ਲਾ ਦਿੰਦਾ ਹੁੰਦਾ, ਠੀਕ ਹੈ ਜੀ। ਆਹ ਆ ਗਏ ਮੇਰੇ ਦੋ ਲੜ ਹੋਏ। ਤੀਜਾ ਲੜ ਜਿਹੜਾ ਮੈਂ ਲਾਉਂਦਾ ਹੁੰਦਾ ਉਹ ਜਾਂ ਤਾਂ ਮੈਂ ਕਈ ਵਾਰੀ ਥੱਲੇ ਲਾ ਦਿੰਦਾ ਜਾਂ ਜਮ੍ਹਾਂ ਇਹਦੇ ਨਾਲ, ਜਾਂ ਇਹਦੇ ਜਮ੍ਹਾਂ ਆਵੇ ਤੀਜਾ ਲੜ ਨਾਲ ਲਾ ਦਿੱਤਾ, ਜਾਂ ਤੀਜਾ ਕਈ ਮੈਂ ਉੱਤੋਂ ਦੀ ਲਾ ਦਿੰਦਾ ਹੁੰਦਾ, ਜਿੱਦਾਂ ਤੁਹਾਨੂੰ ਸਹੀ ਲੱਗਦਾ। ਵਾਹਿਗੁਰੂ। ਜੇ ਤੁਹਾਨੂੰ ਦਮਾਲੇ ਦੇ ਸਲੋਕ ਪੜ੍ਹਨੇ ਨਹੀਂ ਆਉਂਦੇ ਤੁਸੀਂ ਮੂਲ ਮੰਤਰ ਪੜ੍ਹ ਸਕਦੇ ਹੋ, ਜਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਮੰਤਰ ਵੀ ਜਪ ਸਕਦੇ।
ਠੀਕ ਹੈ ਜੀ। ਆਹ ਆਪਣਾ ਹੈਗਾ ਆਖਰੀ ਲੜ, ਇਹ ਜਮਾਂ ਇੱਥੇ ਆ ਜਾਏਗਾ ਥੱਲੇ, ਕਰਕੇ ਆਪਾਂ ਲਾ ਦਾ ਨਾਲ। ਇਹ ਹੈ ਵੀ ਥੋੜ੍ਹਾ ਨਾਲ ਨਾਲ ਬੋਲਣਾ ਪੈਂਦਾ ਵਾ, ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਲੱਗ ਗਿਆ ਸਮਾਂ। ਇਹ ਦਮਾਲਾ ਮਹਾਰਾਜ ਕਿਰਪਾ ਬਹੁਤ ਛੇਤੀ ਚੜ੍ਹਾ ਲਈਦਾ। ਲਓ ਜੀ ਆਹ ਚੜ੍ਹ ਗਿਆ ਆਪਣਾ ਦਮਾਲਾ, ਆਹ ਇਹਦੀ ਪਿੱਛੋਂ ਬੰਤਰ। ਇਹ ਨੰਗਾ ਸਿੰਘਾਂ ਨੂੰ ਇਹ ਨਹੀਂ ਹੁੰਦਾ ਕਿੱਦਾਂ ਦਾ, ਬਸ ਹੱਥ ਟੇਕ ਗਿਆ ਅਤੇ ਦਾ ਦਾ ਚੜ੍ਹਾ ਦਿੰਦੇ ਨੇ। ਚਲੋ ਅਗਲਾ ਰੋਟੀ ਨੂੰ ਖਵਾਉਂਦੇ ਤੁਹਾਨੂੰ। ਹਾਂਜੀ, ਅਤੇ ਅੱਜ ਤੁਹਾਨੂੰ ਮੈਂ ਨਾਲ ਆਪਣਾ ਦੱਸਣਾ ਚਾਹੁੰਦਾ ਹਾਂ ਵੀ ਮੇਰੇ ਕਿਹੜੇ ਸਪਲੀਮੈਂਟਸ ਹੁੰਦੇ ਨੇ। ਠੀਕ ਹੈ ਜੀ, ਜਿੱਦਾਂ ਇਹਦੇ ਵਿੱਚ ਮੈਂ ਪਾਣੀ ਆਪਣਾ ਪਾ ਲਿਆ, ਅਤੇ ਪਾਣੀ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਮੈਂ BCAA ਇਹ ਲੈਂਦਾ। ਦੇਖੋ ਜੀ, ਬਹੁਤੇ ਵੀਰ ਕਹਿੰਦੇ ਨੇ ਅਸੀਂ ਦੇਸੀ ਹਾਂ, ਅਸੀਂ ਜੇ ਹਾਂ ਵੋ ਹਾਂ। ਜਦੋਂ ਤੁਸੀਂ ਪ੍ਰੋਪਰ ਐਥਲੀਟ ਹੋ ਨਾ, ਉਦੋਂ ਤੁਹਾਨੂੰ ਸਾਰੀਆਂ ਚੀਜ਼ਾਂ ਲੈਣੀਆਂ ਹੀ ਪੈਂਦੀਆਂ ਆ, ਅਤੇ ਸਾਰੇ ਦੇਸੀ ਹਾਂ ਆਪਾਂ, ਵਲੈਤੀ ਕੇ ਕੋਈ ਵੀ ਨਹੀਂ, ਸਾਰੇ ਆਪਾਂ ਪੰਜਾਬ ਹਰਿਆਣੇ ਉੱਥੇ ਹੀ ਜੰਮੇ ਪਲੇ ਹਾਂ। ਠੀਕ ਆ, ਇੱਦਾਂ ਦੀ ਕੋਈ ਗੱਲ ਨਹੀਂ, ਅਤੇ ਇਹਦੇ ਵਿੱਚ ਕੋਈ ਕੋਂਟਰੋਵਰਸੀ ਵਗੈਰਾ ਤਾਂ ਨਹੀਂ ਹੋਣੀ ਚਾਹੀਦੀ ਜੋ ਮੈਂ ਸੋਚਦਾ ਹਾਂ। ਉਸ ਤੋਂ ਬਾਅਦ ਆਹ ਮੈਂ ਇਹਦੇ ਨਾਲ ਮੇਰੀ ਜਿੱਦਾਂ ਦੀ ਟ੍ਰੇਨਿੰਗ ਆ, ਨਾਲ ਮੈਂ ਕਾਰਬੋਲੀਨ ਲੈਂਦਾ ਹਾਂ। ਠੀਕ ਹੈ ਜੀ, ਹੁਣ ਇਹ ਨਹੀਂ ਮੈਂ ਇੱਥੋਂ ਹੀ ਕਾਰਬ ਲੈਂਦਾ ਰਹਿੰਦਾ ਹਾਂ, ਮੈਂ ਆਪਣੇ ਆਲੂ ਵਗੈਰਾ, ਆਪਣੇ ਚੌਲ ਵਗੈਰਾ, ਰੋਟੀ ਵੀ ਮੈਂ 2 ਫੁਲਕੇ ਕਦੀ ਖਾਂਦਾ ਉਹਨਾਂ ਤੋਂ ਲਈ ਦੀ ਆ। ਇਹ ਮਤਲਬ ਕਿ ਹੁਣ ਮੈਂ ਐਜ਼ ਆ ਪੋਸਟ ਆਪਣਾ ਇੰਟਰ ਵਰਕਆਊਟ ਯੂਜ਼ ਕਰਦਾ ਹਾਂ। ਠੀਕ, ਕਿਉਂਕਿ ਮੇਰੀ ਜਿਹੜੀ ਟ੍ਰੇਨਿੰਗ ਹੁੰਦੀ ਆ ਬਹੁਤ ਹੀ ਇੰਟੈਂਸ ਹੁੰਦੀ ਆ। ਠੀਕ ਹੈ ਜੀ, ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਆਪਣਾ ਲੈ ਲੈਂਦਾ ਹਾਂ ਪਿੰਕ ਸੋਲਟ, ਅਤੇ ਹੁਣ ਸਾਨੂੰ ਉੱਦਾਂ ਇੰਨਾ ਦਾ ਆਈਡੀਆ ਹੈਗਾ ਕਿੰਨਾ ਕੁ ਪਾਉਣਾ, ਚਮਚਾ ਕੁ ਪਾ ਲਈਦਾ। ਠੀਕ ਹੈ ਜੀ, ਇਹ ਹੋ ਗਈ ਮੇਰੀ ਇੰਟਰਾ ਵਰਕਆਊਟ ਡਰਿੰਕ ਜਿਹੜੀ ਮੈਂ ਜਿੰਮ 'ਚ ਨਾਲ ਨਾਲ ਪੀਊਂਗਾ, ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇੱਥੇ। ਅਤੇ ਆਹ ਮੈਂ ਪ੍ਰੀ ਵਰਕਆਊਟ ਵੀ ਲੈਂਦਾ, ਇੱਦਾਂ ਦੀ ਕੋਈ ਗੱਲ ਨਹੀਂ ਵੀ ਮੈਂ ਆਹ ਨਹੀਂ ਲੈਂਦਾ ਉਹ ਨਹੀਂ ਲੈਂਦਾ, ਇਹ ਸਭ ਝੂਠ ਆ। ਫੇਕ ਗੱਲ ਆਪਾਂ ਕਰਨੀ ਨਹੀਂ, ਕਿਉਂਕਿ ਸਾਨੂੰ ਕੋਈ ਲੋੜ ਨਹੀਂ ਗੀ, ਔਰ ਮੈਂ ਇਹਨਾਂ ਦਾ ਕੋਈ ਮਤਲਬ ਕਿ ਇਹਨਾਂ ਬ੍ਰਾਂਡਾਂ ਦਾ ਕੋਈ ਸਪਲੀਮੈਂਟ ਜੇ ਹੈਗੇ ਨੇ ਜਿਹੜੇ, ਇਹਨਾਂ ਦਾ ਮੈਂ ਉਹ ਨਹੀਂ ਹੈਗਾ, ਸਪੋਂਸਰ ਐਥਲੀਟ ਨਹੀਂ ਹੈਗਾ ਹੈ ਨਾ। ਅਤੇ ਆਹ ਜਿਹੜਾ ਮੈਂ ਪ੍ਰੋਟੀਨ ਯੂਜ਼ ਕਰਦਾ ਡਾਇਮਾਟਾਈਜ਼ ਦਾ, ਠੀਕ ਹੈ ਜੀ, ਇਹਦੇ ਵਿੱਚ ਆਪਾਂ ਪਾ ਕੇ ਪਾਣੀ, ਅਤੇ ਲੈ ਲਾਂਗੇ 1.5 ਸਕੂਪ ਪ੍ਰੋਟੀਨ ਦਾ। ਇੱਦਾਂ ਹੁੰਦਾ ਆ ਵੀ ਜਿਹੜੇ ਲੋਕ ਇਹ ਕਹਿੰਦੇ ਨੇ ਅਸੀਂ ਦੁੱਧ ਘਿਓ ਖਾਂਦੇ ਹਾਂ ਉਹ ਸਭ ਤੋਂ ਵਧੀਆ, ਹਾਂ ਉਹਦੇ ਵਿੱਚ ਕੋਈ ਝੂਠ ਨਹੀਂ, ਉਹ ਸਭ ਤੋਂ ਵਧੀਆ ਹੈਗੇ ਆ, ਪਰ ਅਸੀਂ ਵੀ ਪੰਜਾਬ ਵਿੱਚ ਡੰਗਰ ਰੱਖ ਛੱਡੇ ਨੇ, ਮੱਝਾਂ ਗਾਵਾਂ, ਅਤੇ ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਅੱਜ ਦੇ ਟਾਈਮ ਵਿੱਚ ਕੁਝ ਸ਼ੁੱਧ ਨਹੀਂ ਹੈਗਾ। ਗਾਂ ਮਾਂ ਜੇ ਦੁੱਧ ਨਾ ਦੇਵੇ ਤਾਂ ਉਹਨੂੰ ਟੀਕੇ ਲੱਗਦੇ ਨੇ, ਉਹ ਟੀਕੇ ਕਾਹਦੇ ਹੁੰਦੇ ਨੇ, ਉਹ ਟੀਕੇ ਸਟੀਰੋਇਡ ਦੇ ਹੁੰਦੇ ਨੇ, ਉਹਨਾਂ ਨੂੰ ਟੀਕਾ ਲੱਗਾ ਉਸ ਵੇਲੇ ਜਿਹੜੀ ਗਾਂ ਜਾਂ ਮੱਝ ਹੁੰਦੀ ਆ ਉਹ ਪਸਮ ਪੈਂਦੀ ਆ ਅਤੇ ਤੁਸੀਂ ਦੁੱਧ ਚੋ ਲੈਂਦੇ। ਠੀਕ ਹੈ ਜੀ, ਅਤੇ ਇਹ ਗੱਲ ਨਹੀਂ ਕਰਨੀ ਚਾਹੀਦੀ, ਸਿਰਫ ਆਪਣੇ ਲੋਕਾਂ ਨੂੰ ਭੜਕਾਉਣਾ ਨਹੀਂ ਚਾਹੀਦਾ। ਆਪਾਂ ਤਾਂ ਮਹਾਰਾਜ ਜੋ ਹੀ ਛਕਦੇ ਛਕਾਉਂਦੇ ਹਾਂ ਉਹ ਦੱਸ ਦਿੰਦੇ, ਚ ਕੋਈ ਓਹਲਾ ਨਹੀਂ ਗਾ। ਠੀਕ ਨਹੀਂ, ਚਲੋ ਮਿਲਦੇ ਹਾਂ ਅੱਗੇ ਫਿਰ ਤੁਹਾਨੂੰ। ਹਾਂਜੀ, ਪਹੁੰਚ ਗਿਆ ਆਪਾਂ ਜਿਮ, ਥੋੜ੍ਹਾ ਜਿਹਾ ਲੈ ਲਈਏ ਪਾਣੀ ਅਤੇ ਲੈ ਲਈਏ ਪ੍ਰੀ ਵਰਕਆਊਟ।
ਮੇਰਾ ਜਿਹੜਾ ਪ੍ਰੀ ਵਰਕਆਊਟ ਹੁੰਦਾ ਇਹ ਹੁੰਦਾ ਥੋੜਾ ਜਿਹਾ ਸਟਰੋਂਗ, ਠੀਕ ਹੈ ਜੀ, ਤੇ ਸਟੀਮੂਲੇਟ ਹੁੰਦਾ ਇਹ, ਮੈਨੂੰ ਦੂਜਾ ਵਾਰਾ ਨਹੀਂ ਖਾਂਦਾ। ਇਹਦੇ ਵਿੱਚ ਕੈਫੀਨ ਹੈਗੀ ਆ 400 mg, 400 mg ਦੇ ਲੱਗ ਗਿਆ। ਚਾਹ ਦੀ ਮੇਨ ਜਿਹੜੀ ਗੱਲ ਆ, ਮੈਨੂੰ ਇਹਦਾ ਟੇਸਟ ਵਧੀਆ ਲੱਗਦਾ, ਇਹ ਐਪਲ ਵਾਲਾ ਟੇਸਟ ਹੈ ਕਿਉਂਕਿ ਬੜੇ ਚਿਰ ਤੋਂ ਮੈਂ ਦੂਜਾ ਹੀ ਛਕਣ ਡਿਆ, ਉਹ ਖਾ ਖਾ ਕੇ ਅੱਕ ਚੁੱਕੇ। ਪਹਿਲੋਂ ਮੈਂ ਗੋਡਜ਼ਿਲਾ ਦਾ ਖਾਂਦਾ ਹੁੰਦਾ ਸੀਗਾ, ਹੁਣ ਇਹ ਲੈ ਲਿਆ। ਗੋਡਜ਼ਿਲਾ ਵੀ ਬਹੁਤ ਹੀ ਵਧੀਆ ਸਪਲੀਮੈਂਟ ਆ, ਪ੍ਰੀ ਵਰਕਆਊਟ ਲੈ ਲਈ, ਉਸ ਤੋਂ ਬਾਅਦ ਥੋੜ੍ਹੀ ਜਿਹੀ ਸਟ੍ਰੈਚਿੰਗ ਸਟੂਚਿੰਗ ਵੀ ਕਰਦੇ ਹਾਂ। ਇੱਦਾਂ ਹੁੰਦਾ ਆਪਣੇ ਕਿ ਅੱਜ ਦਾ ਕੀ ਪ੍ਰੋਗਰਾਮ ਆ, ਪੂਰੀ ਬਹਿਜਾ ਬਹਿਜਾ ਹੋਏਗੀ। ਆਹ ਬਣ ਗਿਆ ਨੀ ਹਰਿਆ ਸੇਬ, ਇਹ ਹਰਿਆ ਸੇਬ ਆ, ਵਾਹਿਗੁਰੂ। ਹਾਂਜੀ, ਹੁਣ ਆ ਗਏ ਹਾਂ ਆਪਾਂ ਆਪਣੀ ਜਿਮ ਵਿੱਚ, ਕੰਮ ਕਰਦਾ ਸ਼ੁਰੂ। ਪ੍ਰੀ ਵਰਕਆਊਟ ਲੈ ਲਿਆ ਤੇ ਥੋੜੇ ਮੈਂ ਡਾਕਟਰ ਲਾਏ ਨੇ, ਹੁਣ ਤੁਹਾਨੂੰ ਦੱਸਦੇ ਹਾਂ ਸਕੁਆਟ ਲਾਈ ਦੀ ਕਿੱਦਾਂ। ਜਦੋਂ ਵੀ ਤੁਸੀਂ ਸਕੁਆਟ ਲਾਉਣੀ ਆ, ਸਟਰੈਂਥ ਜਦੋਂ ਵੀ ਟ੍ਰੇਨ ਕਰਦੇ ਆ, ਤੁਹਾਡੀ ਜਿਹੜੀ ਗ੍ਰਿਪ ਆ ਉਹ ਬਹੁਤ ਹੀ ਜ਼ਿਆਦਾ ਟਾਈਟ ਹੋਣੀ ਚਾਹੀਦੀ ਹੈ, ਲੂਜ਼ ਨਹੀਂ ਕਦੀ ਫੜੀ ਦੀ। ਜਿੰਨੀ ਟਾਈਟ ਗ੍ਰਿਪ ਹੋਊਗੀ, ਜਿੰਨੀ ਟਾਈਟ ਦੀ ਆਪਣੀ ਸਟ੍ਰੈਪ ਰੱਖੋਗੇ, ਉਹ ਟ੍ਰੈਪਸ ਰੱਖੋਗੇ, ਤੁਹਾਡੀ ਲੋਅਰ ਬੈਕ ਟਾਈਟ ਹੋਊਗੀ, ਤੁਸੀਂ ਇੱਦਾਂ ਪਿੱਛੇ ਨੂੰ ਸਕੂਈਜ਼ ਕਰਕੇ ਸ਼ੈਲ ਵਧੀਆ ਬਣਾਓਗੇ, ਬ੍ਰੇਸ ਵਧੀਆ ਹੋਊਗੀ, ਫਿਰ ਹੀ ਤੁਸੀਂ ਵਧੀਆ ਪਰਫੋਰਮ ਕਰ ਸਕਦੇ ਹੋ। ਜੇ ਮੰਨ ਲਓ ਤੁਸੀਂ ਆਏ ਇੱਦਾਂ ਤੁਰਦੇ ਤੁਰਦੇ, ਐਂ ਜਿਹੇ ਵਿੱਚ ਪਾ ਦਿੱਤਾ, ਚੱਲ ਜੀ ਆਹ ਕੁਛ ਨਹੀਂ ਆ, ਉਹਦੇ ਨਾਲ ਕੀ ਹੋਊਗਾ, ਜਦੋਂ ਇੱਥੇ ਲੋਡ ਹੋਣਾ ਨਾ, ਜਦੋਂ ਭਰੀਆਂ ਹੋਣੀਆਂ ਪਲੇਟਾਂ ਦੇ ਨਾਲ, ਫਿਰ ਨਹੀਂ ਇੱਦਾਂ ਹੋਣਾ, ਫਿਰ ਸਭ ਤੋਂ ਜ਼ਿਆਦਾ ਬੰਦੇ ਦੀ ਇੰਜਰੀ ਹੁੰਦੀ ਆ। ਉਹ ਕਿਉਂ ਹੁੰਦੀ ਆ? ਉਹ ਤਾਂ ਹੁੰਦੀ ਆ ਕਿਉਂਕਿ ਤੁਸੀਂ ਉੱਦਾਂ ਟ੍ਰੇਨ ਨਹੀਂ ਕਰ ਰਹੇ, ਤੁਹਾਡੀ ਬੋਡੀ ਨੂੰ ਉੱਦਾਂ ਦੀ ਆਦਤ ਨਹੀਂ ਪਈ। ਅੱਜ ਤੁਹਾਨੂੰ ਇੱਕ ਟਿਪ ਦੇਵਾਂਗੇ, ਹੈਵੀ ਲਿਫਟ ਤੁਸੀਂ ਕਿਵੇਂ ਕਰ ਸਕਦੇ ਹੋ, ਠੀਕ ਹੈ ਜੀ, ਬਣੇ ਰਹੋ ਵੀਡੀਓ ਦੇ ਐਂਡ ਤੱਕ, ਤੁਹਾਨੂੰ ਬਹੁਤ ਕੁਝ ਦੱਸਾਂਗੇ। ਵਾਹਿਗੁਰੂ। ਵਾਹਿਗੁਰੂ। ਹਾਂਜੀ, ਆਹ ਮੇਰੇ ਐਸਪੀਡੀ ਦੇ ਨੀ ਸਲੀਵ ਨੇ ਜੋ ਮੈਂ ਯੂਜ਼ ਕਰਦਾ ਹਾਂ ਸਕੁਆਟ ਲਾਉਣ ਲੱਗੇ। ਐਕਚੁਲੀ ਮੈਂ ਇਹ ਨਵਾਂ ਨਵਾਂ ਬੰਦਾ ਹੈ, ਮੈਨੂੰ ਇੰਨਾ ਗਿਆਨ ਤਾਂ ਹੈ ਨੀਗਾ। ਆਹ ਮੈਂ ਲੈ ਲਏ, ਇਹ ਥੋੜ੍ਹੇ ਲੈ ਲਏ ਮੈਂ ਵੱਡੇ, ਅਤੇ ਕਹਿੰਦੇ ਨੇ ਵੀ ਜਦੋਂ ਵੀ ਆਪਾਂ ਇਹ ਚੀਜ਼ ਕਰਦੇ ਹਾਂ ਹੈ ਨਾ, ਆਪਾਂ ਨੂੰ ਥੋੜ੍ਹੇ ਟਾਈਟ ਲੈਣੇ ਚਾਹੀਦੇ ਨੇ। ਹੁਣ ਦੇਖਿਓ ਤੁਸੀਂ, ਆਹ ਇੱਦਾਂ ਪਾਏ ਆਰਾਮ ਨਾਲ ਚੱਲ ਜਾਂਦੇ ਨੇ, ਅਤੇ ਇਸ ਕਰਕੇ ਨਾ ਕਈ ਕਈ ਵਾਰੀ ਜਦੋਂ ਆਪਾਂ ਨਵੇਂ ਹੁੰਦੇ ਹਾਂ, ਆਪਾਂ ਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ। ਪਰ ਮੈਂ ਦੋ ਚੀਜ਼ਾਂ ਵੇਖੀਆਂ ਨੇ, ਇੱਕ SBD ਦੇ, ਇੱਕ ਇੰਜਰ ਦੇ। ਜਿਹੜੇ ਇੰਜਰ ਦੇ ਨੇ ਉਹ ਹੈਗੇ ਐਕਸਪੈਂਸਿਵ ਨੇ, ਪਰ ਉਹ ਤਾਂ ਮੈਂ ਨਾ ਵੀ ਨੈਕਸਟ ਲੈਵਲ ਚੀਜ਼ ਆ, ਅਤੇ ਉਹ ਅਪਰੂਵ ਵੀ ਨੇ। ਪਾਵਰ ਲਿਫਟਿੰਗ ਜੇ ਤੁਸੀਂ ਕਰਨੀ ਆ, ਉਹ ਪਾ ਕੇ ਵੀ ਤੁਸੀਂ ਕਰ ਸਕਦੇ। ਬੜੇ ਲੋਕ ਆਪਣੇ ਫੋਰਨ 'ਚ ਜਾਂ ਇੰਡੀਆ 'ਚ ਕਰਦੇ ਨੇ, ਬਸ ਉਹਦੀ ਇੱਕੋ ਪ੍ਰੋਬਲਮ ਆ, ਉਹ ਜੇ ਥੋੜ੍ਹੇ ਜੇ ਵੀ ਤੁਹਾਨੂੰ ਜ਼ਿਆਦਾ ਟਾਈਟ ਹੋਵੇ, ਉਹਦੇ ਲਾਉਣਾ ਅਤੇ ਪਾਉਣਾ, ਉਹਦੇ ਮਤਲਬ ਕਿ ਇੱਕ ਕੁਰੂਕਸ਼ੇਤਰ ਦਾ ਯੋਧੀ ਕਰਨ ਵਾਲੀ ਗੱਲ ਹੋ ਜਾਂਦੀ ਆ, ਵੀ ਐਡੇ ਉਹ ਖਤਰਨਾਕ ਹੀ ਚੀਜ਼ ਆ। ਕਈਆਂ ਨੂੰ ਤਾਂ ਮੈਂ ਵੇਖਿਆ ਉਹਨਾਂ ਨੇ ਕੈਂਚੀਆਂ ਨਾਲ ਵੱਢ ਕੇ ਲਾਏ ਨੇ, ਉਹ ਦੇਖ ਲਿਓ, ਅਤੇ ਬਹੁਤ ਵਧੀਆ ਚੀਜ਼ ਇਹਨਾਂ ਤੁਹਾਡੀ ਨੀਂਹ ਜੇ ਤੁਹਾਡੇ ਵੇਖੋ ਜੁਆਇੰਟ ਬਚੇ ਰਹਿਣਗੇ, ਆਪੇ ਤੁਸੀਂ ਕੁਝ ਕਰੋਗੇ ਜੀ, ਜੁਆਇੰਟ ਹੀ ਗਏ ਫਿਰ ਕੋਈ ਫਾਇਦਾ ਨਹੀਂ। ਚਲੋ ਮਿਲਦੇ ਹਾਂ। ਆਪਾਂ ਸਕੁਆਟ ਇਨਕਰੀਜ਼ ਕਰਨ ਦਾ ਇੱਕ ਤਰੀਕਾ ਆ, ਜਿੱਦਾਂ ਬੈਂਚ ਲਾ ਲਈ, ਠੀਕ ਹੈ ਜੀ, ਇਹਦੇ ਉੱਤੇ ਬਹਿਣਾ, ਫਿਰ ਜ਼ੋਰ ਮਾਰਨਾ,
ਉਹ ਕਹਿੰਦੇ ਬਹਿੰਦੇ ਆ ਥੋੜੀ ਬੋਡੀ ਰਿਲੈਕਸ ਹੋ ਜਾਂਦੀ ਆ, ਇਹ ਜ਼ੋਰ ਮਾਰਦੇ ਤਾਂ ਜ਼ਿਆਦਾ ਜ਼ੋਰ ਲੱਗਦਾ। ਇੱਦਾਂ ਦੇ ਬੜੇ ਤਰੀਕੇ ਹੁੰਦੇ ਨੇ, ਤੇ ਇਹ ਚੀਜ਼ ਬਹੁਤ ਹੀ ਧਿਆਨ ਨਾਲ ਕਰਿਓ, ਸੱਟ ਪਿੱਟ ਨਾ ਲੱਗ ਜੇ। ਵਾਹਿਗੁਰੂ। ਵਾਹਿਗੁਰੂ। ਚਲੋ ਹਾਂਜੀ, ਹੋਣ ਆ ਜੀ ਬਾਰ ਦੇ ਪਾਰ 1 ਕੁਇੰਟਲ ਤੇ 84 ਕਿਲੋ। ਠੀਕ ਆ ਜੀ, ਬੈਲਟ ਆਪਾਂ ਲਾ ਲਈਏ ਸੇਫਟੀ ਲਈ, ਤੇ ਅੰਬਲੇ 1 ਰੈਪ ਲਾਵਾਂਗੇ ਇਹਦਾ, ਮਹਾਰਾਜ ਕਿਰਪਾ ਕਰਨ। ਹਾਂਜੀ, ਆ ਆਪਣੀ ਸੈਕਿੰਡ ਐਕਸਰਸਾਈਜ਼ ਹੈਡ ਸਕੁਆਟ। ਠੀਕ ਹੈ ਜੀ, ਇਹ ਚ ਆਪਾਂ ਫੋਕਸ ਕਰਾਂਗੇ, 10 ਰੈਪ ਲਾਈਏ। ਵੇਟ ਮੈਟਰ ਨਹੀਂ ਕਰਦਾ ਇੱਥੇ, ਕਿਉਂਕਿ ਵੇਟ ਆਪਾਂ ਆਲਰੇਡੀ ਸਕੁਆਟ ਤੇ ਵੱਧ ਲਾ ਲਿਆ। ਚਲੋ ਜੀ, ਆਪਣਾ ਲਾਸਟ ਆ, ਕਲੋਜ਼ ਸਟਾਂਸ ਨਾਲ ਲਾਵਾਂਗੇ ਹੁਣ, ਰੈਪ ਲਾਵਾਂਗੇ ਤੇ 5। ਵਾਹਿਗੁਰੂ। ਚੱਲ ਵੀ ਵਾਹਿਗੁਰੂ, ਚੱਕ ਦੀਆ ਕੰਮ ਨੂੰ ਲੈਗ ਐਕਸਟੈਂਸ਼ਨ ਲਾਉਂਦਾ। ਚੱਲ ਵੀ ਹਾਂਜੀ, ਸਾਰੀਆਂ ਭਾਰੀਆਂ ਲਾਉਣੀਆਂ ਆਪਾਂ, ਆ ਗਈ ਲੈਗ ਐਕਸਟੈਂਸ਼ਨ। ਵਾਹਿਗੁਰੂ, ਮਾੜੀ ਮਸ਼ੀਨ ਆਪਣੇ ਹਿਸਾਬ ਨਾਲ ਸੈੱਟ ਕਰ ਲਿਆ ਕਰੋ, ਇਹ ਨਹੀਂ ਵੀ ਜਿੱਦਾਂ ਕਿਸੇ ਨੇ ਛੱਡੀ ਓਦਾਂ ਹੀ ਲਾਤੀ। ਚਲੋ ਹਕਾਲ। ਵਾਹਿਗੁਰੂ 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 ਹਕਾਲ। ਇਹਨੇ ਘੱਟੋ ਘੱਟ 15 ਤੋਂ 20 ਰੈਪ ਲਾਓਗੇ, ਫਿਰ ਤੁਹਾਡੇ ਮਸਲ ਨੂੰ ਪਤਾ ਲੱਗਦਾ ਕੁ ਹੋਣ ਡਿਆ। ਬਸ ਸਹੀ ਹੈ ਹਾਂਜੀ, ਤੁਹਾਡਾ ਸਾਰਿਆਂ ਦਾ ਫੇਵਰੇਟ ਮਸਲ ਜਿਹੜਾ ਹਰ ਇੱਕ ਪੰਜਾਬੀ ਬਣਾਉਣਾ ਚਾਹੁੰਦਾ, ਉਹ ਕੀ ਆ? ਉਹ ਆ ਬਾਈਸੈਪ ਡੌਲੇ। ਹੁਣ ਤੁਹਾਨੂੰ ਦਿਖਾਉਂਦੇ ਡੌਲੇ ਤੁਹਾਡੇ ਤਗੜੇ ਹੋਣਗੇ ਕਿੱਦਾਂ, ਤੇ ਕਰਨਾ ਕੀ ਆ। ਆਹ ਲੈ ਲਓ ਪਹਿਲੀ ਐਕਸਰਸਾਈਜ਼, ਜਿੰਨਾ ਤੁਹਾਡੇ ਬਾਈਸੈਪ ਵਾਰਮ ਅਪ ਵੀ ਹੋ ਜਾਊਗਾ ਤੇ ਤੁਸੀਂ ਲੋਡ ਵੀ ਲੈ ਸਕਦੇ ਬਾਅਦ ਚੋਂ, ਲੱਗ ਗਏ ਹੋ ਜੋ ਬਾਈਸੈਪ ਇੱਥੇ ਟਾਈਟ ਪੂਰੇ ਇੱਥੇ ਹੋਲਡ, ਘੱਟੋ ਘੱਟ 20 ਰੈਪ। ਠੀਕ ਹੈ ਜੀ, ਵਾਹਿਗੁਰੂ। ਇਹ ਪਟਾਕੇ ਪੈਣਗੇ ਬਾਈਸੈਪ ਦੇ।
ਲਾ ਕੇ ਦੱਸਿਓ ਜ਼ਰੂਰ ਕਿੱਦਾਂ ਲੱਗਾ। ਆ ਹੈ ਤੁਹਾਡੀ ਸੈਕਿੰਡ ਐਕਸਰਸਾਈਜ਼, ਡੰਬਲ ਕਰਲ, ਦਰਮਿਆਨੇ ਜਿਹਾ ਵੇਟ, ਫੋਕਸ ਕਰਨਾ ਬਾਹਾਂ ਤੇ ਜ਼ੋਰ, ਹੋਰ ਕਿਸੇ ਮਸਲ ਤੇ ਤੁਹਾਡੇ ਜ਼ੋਰ ਨਾ ਆਵੇ, ਸਿਰਫ ਬਾਈਸੈਪ ਤੇ ਆਉਣਾ ਚਾਹੀਦਾ। ਇਹ ਐਕਸਰਸਾਈਜ਼ ਤੁਸੀਂ ਲਾਓਗੇ ਨਾ ਤੁਹਾਡੇ ਮਸਲ ਪਾਟਣ ਨੂੰ ਆ ਜਾਣੇ, ਪਰ ਇਹ ਵੀ ਲਾਉਣਾ ਸਲੋ ਆ, ਤੇਜ਼ ਨਹੀਂ ਲਾਉਣਾ, ਇੱਦਾਂ ਸਟੇਟ ਬਾਂਹ ਜਾਣੀ ਚਾਹੀਦੀ ਤੁਹਾਡੀ। ਇਹ ਥੋੜਾ ਹੋਰ ਲਾਉਣਾ, ਥੋੜਾ ਉੱਤੇ ਜਾ ਕੇ ਇੱਦਾਂ ਅੰਦਰ ਨੂੰ ਕਰਲ ਕਰ ਲਓ, ਪਰ ਮੈਂ ਜਿੱਦਾਂ ਸਿੱਧਾ ਹੀ ਲਾਉਂਦਾ। ਇਹ ਸੀ ਅੱਜ ਦਾ ਆਪਣਾ ਲੈਗ ਦਾ ਤੇ ਆਰਮ ਦਾ ਵਰਕਆਊਟ, ਠੀਕ ਹੈ ਜੀ। ਇਹਨਾਂ ਕੋਲ ਬਹੁਤ ਆ, ਤੇ ਜੇ ਤੁਸੀਂ ਨਵੇਂ ਹੋ ਵੇਟ ਥੋੜਾ ਘੱਟ ਲਾਇਓ, ਐਕਸਰਸਾਈਜ਼ ਤੁਸੀਂ ਘੱਟ ਕਰ ਸਕਦੇ, ਤੁਹਾਡੇ ਤੇ ਡਿਪੈਂਡ ਆ। ਬਸ ਪ੍ਰੋਟੀਨ ਛਾ ਕੇ ਤੇ ਥੋੜੀ ਸਟ੍ਰੈਚਿੰਗ ਕਰਕੇ ਘਰ ਚੱਲੀਏ, ਤੇ ਸਟ੍ਰੈਚਿੰਗ ਕਰਨੀ ਬਹੁਤ ਵਧੀਆ ਹੈ, ਜਿਹਦੇ ਨਾਲ ਕਿ ਤੁਹਾਡੇ ਇੰਜਰੀ ਤੋਂ ਬਚਾ ਰਹਿੰਦਾ ਤੇ ਮਸਲ ਤੁਹਾਡੇ ਰਿਲੈਕਸ ਹੋ ਜਾਂਦੇ ਨੇ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ।